ਤਰਨ ਤਾਰਨ ਵਿਖੇ ਦੋ ਔਰਤਾਂ ਸਮੈਕ ਦਾ ਵਪਾਰ ਕਰ ਰਹੀਆਂ ਸਨ। ਪੁਲਿਸ ਨੇ ਦੋ ਔਰਤਾਂ ਨੂੰ ਹੈਰੋਇਨ ਦੇ ਸਮੇਤ ਕਾਬੂ ਕੀਤਾ ਹੈ, ਜਿਨ੍ਹਾਂ ਕੋਲੋਂ ਹੈਰੋਇਨ ਦੇ ਨਾਲ ਨਾਲ 2 ਲੱਖ ਰੁਪਏ ਅਤੇ 3 ਵਾਹਨ ਵੀ ਮਿਲੇ ਨੇ। ਪੁਲਿਸ ਨੂੰ ਸਮੈਕ ਦਾ ਧੰਦਾ ਕਰਦੀ ਇਹਨਾਂ ਔਰਤਾਂ ਬਾਰੇ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ਉੱਤੇ ਇਹਨਾਂ ਨੂੰ ਕਾਬੂ ਕੀਤਾ ਗਿਆ। ਸਰ ਨਹੀਂ ਪੀਂਦੇ ਖਾਂਦੇ ਸੀ, ਪੀਂਦੇ ਖਾਂਦੇ ਸਰ ਇਹਨਾਂ ਨੂੰ, ਸਾਡਾ ਨਹੀਂ ਸਰ, ਸਾਡਾ ਬਾਈਪਾਸ 'ਤੇ ਇਹਨਾਂ ਨੂੰ ਵੀ ਫੜਾ ਕੇ ਗਿਆ, ਸਾਨੂੰ ਨਹੀਂ ਸਰ ਪਤਾ, ਸਾਰੀ ਨਾਲ ਸਿਰਫ ਇਹਨਾਂ ਦੇ ਨਾਲ ਜਾਣ ਦੇ ਚੱਕਰ 'ਚ ਫਸ ਗਏ ਗੱਡੀ 'ਚ, ਗੱਡੀ 'ਚ ਨੋਵਾ, ਹਾਂਜੀ ਬਾਹਰ ਇੱਧਰ ਲੱਗੀ ਥਾਣੇ। ਕੱਲ੍ਹ ਇੱਥੋਂ ਥਾਣਾ ਸਿਟੀ ਦੀ ਪੁਲਿਸ ਨੇ ਇਨਫੋਰਮੇਸ਼ਨ 'ਤੇ ਇਹ ਗੈਂਗ ਜਿਹੜਾ ਹੈਗਾ ਉਹਨੂੰ ਡਿਟੇਨ ਕਰਕੇ ਇਹਨਾਂ ਤੋਂ ਰਿਕਵਰੀ ਕੀਤੀ ਹੈ। ਇਹਨਾਂ 'ਚੋਂ 3 ਬੰਦੇ ਉੱਥੋਂ, 2 ਲੜਕੀਆਂ ਅਤੇ 1 ਲੜਕਾ ਮੌਕੇ 'ਤੇ ਫੜਿਆ ਗਿਆ ਸੀ, 2 ਉੱਥੋਂ ਭੱਜਣ 'ਚ ਕਾਮਯਾਬ ਹੋ ਗਏ ਆ। ਪੁੱਛਗਿੱਛ ਦੌਰਾਨ ਇਹ ਚੀਜ਼ ਸਾਹਮਣੇ ਆਈ ਹੈ ਵੀ ਇਹ ਪਿਛਲੇ ਕਾਫੀ ਸਮੇਂ ਤੋਂ ਦਿੱਲੀ 'ਚੋਂ ਦੁਆਰਕਾ ਏਰੀਆ, ਉੱਥੋਂ ਦੁਆਰਕਾ ਏਰੀਆ 'ਚੋਂ ਹੀਰੋਇਨ ਆਉਂਦੇ ਸੀਗੇ ਅਤੇ ਲਿਆ ਕੇ ਇੱਥੇ ਸ਼ਹਿਰ 'ਚ ਸਪਲਾਈ ਕਰਦੇ ਸੀ। ਇਹਨਾਂ ਦਾ ਲਿਆਉਣ ਦਾ ਤਰੀਕਾ ਵੀ ਵੱਖਰਾ ਸੀ, ਇਹ ਉੱਥੋਂ ਲੈ ਕੇ ਅਤੇ ਉਹਨੂੰ ਟੇਪ ਨਾਲ ਕਵਰ ਕਰਕੇ ਅਤੇ ਪੈਰਾਂ 'ਚ ਜਿਹੜੇ ਬੂਟਾਂ ਦੇ ਪਤਾਵੇ ਉਹਨਾਂ ਦੇ ਵਿੱਚ ਫਿਕਸ ਕਰਕੇ ਲੈ ਕੇ ਆਉਂਦੇ ਸੀ। ਇੱਕ ਗੇੜੇ 'ਚ 250-300 ਗ੍ਰਾਮ, 350 ਗ੍ਰਾਮ ਤੱਕ ਇੱਕ ਗੇੜੇ 'ਚ ਇੱਕ ਬੰਦਾ ਲੈ ਆਉਂਦਾ ਸੀ, ਲਿਆ ਕੇ ਇੱਥੇ ਸਪਲਾਈ ਕਰਦੇ ਸੀ, ਸਪਲਾਈ ਕਰਕੇ ਦਿੱਲੀ ਨੂੰ ਜਾ ਕੇ ਫਿਰ ਦੁਬਾਰਾ ਲੈ ਆਉਂਦੇ ਸੀ। ਮੌਕੇ 'ਤੇ ਇਹਨਾਂ ਤੋਂ ਕਰੀਬ ਤਕੜੀਆਂ ਵੱਟੇ ਸਕੇਲ ਜਿਹਦੇ ਨਾਲ ਹੀਰੋਇਨ ਤੋੜ ਕੇ ਵੇਚਦੇ ਹੈ, ਅਤੇ 2 ਲੱਖ ਦੇ ਕਰੀਬ ਕਰੰਸੀ ਇਹਨਾਂ ਤੋਂ ਰਿਕਵਰ ਹੋਈ ਹੈ। ਕੁਛ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾ ਰਿਹਾ, ਕਾਫੀ ਰਿਕਵਰੀ ਦੀ ਆਸ।